ਦਲਜੀਤ ਸਿੰਘ ਜੀ, ਗੱਲ ਕਰੀਏ ਕੈਨੇਡਾ ਵਿੱਚ ਇਸ ਵਕਤ ਬਣੇ ਸਿੱਖਾਂ ਅਤੇ ਪੰਜਾਬੀਆਂ ਖਿਲਾਫ ਮਾਹੌਲ ਦੀ, ਤਾਂ ਗੱਲਾਂ ਹੁਣ ਇੱਥੇ ਤੱਕ ਪਹੁੰਚ ਗਈਆਂ ਨੇ ਕਿ ਕੈਨੇਡਾ ਵਿੱਚ ਹੁਣ ਕੰਧਾਂ 'ਤੇ ਇਹ ਲਿਖਿਆ ਜਾ ਰਿਹਾ ਕਿ ਸਿੱਖੋ ਆਪਣੇ ਘਰਾਂ ਨੂੰ ਜਾਓ, ਆਪਣੇ ਕਹਿ ਲਓ ਕਿ ਆਪਣੇ ਦੇਸ਼ ਨੂੰ ਜਾਓ। ਦੂਜੇ ਪਾਸੇ ਹੁਣ ਸਿੱਖਾਂ ਦੇ ਨਗਰ ਕੀਰਤਨ ਲੈ ਕੇ ਅਤੇ ਕਹਿ ਲਓ ਕਿ ਸਿੱਖਾਂ ਦੀ ਜਨਸੰਖਿਆ ਨੂੰ ਲੈ ਕੇ ਕੈਨੇਡਾ ਦੇ ਵਿੱਚ ਲੈ ਕੇ ਕਈ ਤਰ੍ਹਾਂ ਦੇ ਕਹਿ ਲਓ ਕਿ ਸਵਾਲ ਉੱਠ ਰਹੇ ਨੇ, ਕਈ ਤਰ੍ਹਾਂ ਦੇ ਵੀਡੀਓ ਪੈ ਰਹੀਆਂ ਨੇ, ਕਈ ਵਾਦ ਵਿਵਾਦ ਖੜੇ ਹੋ ਰਹੇ ਨੇ, ਜੋ ਇੱਕ ਮਾਹੌਲ ਬਣਿਆ ਕੈਨੇਡਾ ਵਿੱਚ ਪੰਜਾਬੀਆਂ ਅਤੇ ਸਿੱਖਾਂ ਨੂੰ ਲੈ ਕੇ। ਦਲਜੀਤ ਸਿੰਘ ਜੀ, ਕੀ ਕਹੋਗੇ ਉਸ ਬਾਰੇ? ਜਗਮੀਤ ਸਿੰਘ ਜੋ ਐਨਡੀਪੀ ਦੇ ਪ੍ਰਧਾਨ ਨੇ, ਉਹਨਾਂ ਦੇ ਬ੍ਰਦਰ ਨੇ, ਉਹਨਾਂ ਦਾ ਨਾਮ ਹੈਗਾ ਗੁਰਰਤਨ ਸਿੰਘ, ਉਹ ਵੀ ਐਨਡੀਪੀ ਪਾਰਟੀ 'ਚੋਂ ਹੀ ਨੇ। ਉਹਨਾਂ ਨੇ ਇੱਕ ਵੀਡੀਓ ਕਲਿੱਪ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੀਲ ਕਹਿ ਲਓ ਜਾਰੀ ਕੀਤੀ ਹੈ, ਜਿਹਦੇ ਵਿੱਚ ਉਹ ਇੱਕ ਕੰਧ ਦੇ ਕੋਲ ਖੜੇ ਹੋਏ ਨਜ਼ਰ ਆ ਰਹੇ ਤੇ ਉਸ ਕੰਧ ਦੇ ਉੱਤੇ ਲਿਖਿਆ ਹੋਇਆ ਸਿੱਖਸ ਗੋ ਬੈਕ ਟੂ ਯੂਰ ਹੋਮ। ਤੇ ਉਹਨਾਂ ਨੇ ਕਿਹਾ ਜਿਹੜਾ ਜਵਾਬ ਦੇ ਰੂਪ ਦੇ ਵਿੱਚ ਕਿ ਵੀ ਆਰ ਨੋਟ ਗੋਇੰਗ ਟੂ ਹੋਮ ਬਿਕੋਜ਼ ਵੀ ਆਰ ਇਨ ਅਵਰ ਹੋਮ। ਤੇ ਉਹ ਗੱਲ ਨੂੰ ਲੈ ਕੇ ਤੇ ਇਸ ਤੋਂ ਨਾਲ ਜਿਹੜੇ ਕਹੀਏ ਕਿ ਸਿਮਿਲਰ ਇੰਸੀਡੈਂਟ ਜਿਹੜੇ ਨੇ ਹੋਰ ਵੀ ਹੋ ਰਹੇ ਆ, ਕਿਤੇ ਨਗਰ ਕੀਰਤਨਾਂ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਕੈਨੇਡੀਅਨ ਲੋਕਾਂ ਵੱਲੋਂ, ਜਾਂ ਫਿਰ ਕੁਛ ਐਸੇ ਅਕਾਊਂਟ ਨੇ ਜਿਨ੍ਹਾਂ ਦਾ ਕੋਈ ਨਾਮ ਨਹੀਂ ਹੈਗਾ, ਜਿਨ੍ਹਾਂ ਨੂੰ ਆਪਾਂ ਫੇਕ ਆਈਡੀਜ਼ ਵੀ ਕਹਿ ਦਿੰਦੇ ਹਾਂ, ਜਾਂ ਕਹਿ ਦਿੰਦੇ ਹਾਂ ਵੀ ਉਹ ਬਿਨਾਂ ਨਾਮ ਤੋਂ ਬਣਾਈਆਂ ਹੋਈਆਂ ਆਈਡੀਆਂ, ਉਹਨਾਂ ਦੇ ਵੱਲੋਂ ਨਗਰ ਕੀਰਤਨਾਂ ਦੀਆਂ ਵੀਡੀਓ ਸ਼ੇਅਰ ਕਰਨੀਆਂ, ਫਿਰ ਉਹਦੇ ਉੱਤੇ ਲਿਖਣਾ ਵੀ ਇਹ ਦੇਖੋ ਇਹਨਾਂ ਦੀ ਕਿੰਨੀ ਆਬਾਦੀ ਹੋ ਗਈ ਹੈ, ਇਹਨਾਂ ਨੂੰ ਕੋਈ ਰੋਕਦਾ ਕਿਉਂ ਨਹੀਂ, ਇਹ 10,000 ਬੰਦਾ ਇੱਕ ਜਗ੍ਹਾ ਤੇ ਇਕੱਠਾ ਕਿਵੇਂ ਹੋ ਗਿਆ, ਜਾਂ ਫਿਰ ਹੋਰ ਬਹੁਤ ਸਾਰੀਆਂ ਐਸੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਇਸ ਵੇਲੇ ਕੀਤੀਆਂ ਜਾ ਰਹੀਆਂ। ਸੋ ਇਹਦੇ ਵਿੱਚ ਨਾ ਹੁਣ ਗੱਲ ਤੇ ਇਹ ਹੈ ਵੀ ਜਿਹੜੇ ਸਾਡੇ ਇੰਗਲਿਸ਼ ਸਪੀਕਰ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਲੋਕਲ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਨੂੰ ਵੀ ਇੰਗਲਿਸ਼ ਦੇ ਵਿੱਚ ਵੀਡੀਓਜ਼ ਬਣਾਉਣੀਆਂ ਚਾਹੀਦੀਆਂ, ਤੇ ਕੈਨੇਡਾ ਵਾਸਤੇ ਜੋ ਮਿਹਨਤ ਪਿਛਲੇ 100-150 ਸਾਲ ਦੇ ਵਿੱਚ ਸਿੱਖਾਂ ਨੇ ਕੀਤੀ ਹੈ ਉਹਦਾ ਪ੍ਰਗਟਾ ਕਰਨਾ ਚਾਹੀਦਾ ਕਿ ਜਦੋਂ ਤਾਂ ਤੁਹਾਡੇ ਇਹਨਾਂ ਮੁਲਕਾਂ ਨੂੰ ਲੋੜ ਸੀ ਬਾਹਰੋਂ ਆਉਣ ਲੇਬਰ ਦੀ, ਤੇ ਉਦੋਂ ਤਾਂ ਤੁਸੀਂ ਸਾਨੂੰ ਮੋਸਟ ਵੈਲਕਮ ਕੀਤਾ, ਤੇ ਜਦੋਂ ਅੱਜ ਤੁਹਾਨੂੰ ਲੱਗਿਆ ਵੀ ਭਾਈ ਹੁਣ ਇਹ ਜ਼ਿਆਦਾ ਹੋ ਗਏ ਆ, ਜਾਂ ਫਿਰ ਇਹ ਵੀ ਗੱਲ ਜਿੱਥੇ ਆ ਜਾਂਦੀ ਇਮੀਗ੍ਰੇਸ਼ਨ ਦੀ ਗੱਲ ਆ ਜਾਂਦੀ ਹੈ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇਹਨਾਂ ਮੁਲਕਾਂ 'ਚ ਹੋ ਗਏ ਆ, ਠੀਕ ਹੈ ਇੱਕ ਤਰ੍ਹਾਂ ਦੀ ਇਹ ਵੀ ਪ੍ਰੋਬਲਮ ਹੁੰਦੀ ਹੈ, ਤੇ ਅੱਜ ਤੁਸੀਂ ਸਿੱਖਾਂ ਨੂੰ ਕਹਿ ਰਹੇ ਹੋ ਕਿ ਵਾਪਸ ਜਾਓ, ਜਿਹੜੇ ਪਿਛਲੇ 150 ਸਾਲ ਤੋਂ ਆਪਣੇ ਘਰ ਬਣਾ ਕੇ ਬੈਠੇ ਹੋਏ ਆ। ਕੈਨੇਡਾ ਦੇ ਵਿੱਚ ਕਈ ਐਸੇ ਵੀ ਗੁਰਦੁਆਰੇ ਨੇ ਜਿਨ੍ਹਾਂ ਨੂੰ 100-100 ਸਾਲ ਹੋ ਗਿਆ ਉਸ ਧਰਤੀ ਦੇ ਉੱਤੇ। ਸੋ ਆਪਾਂ ਜਦੋਂ ਗਦਰੀ ਬਾਬਿਆਂ ਦੀ ਗੱਲ ਕਰਦੇ ਹਾਂ ਜਾਂ ਹੋਰ ਜਿਹੜੇ ਬਹੁਤ ਸਾਰੇ ਐਸੇ ਇੰਸੀਡੈਂਟ ਜਿਹੜੇ ਕੈਨੇਡਾ ਦੇ ਵਿੱਚ ਹੋਏ ਜਿਨ੍ਹਾਂ ਤੋਂ ਬਾਅਦ ਸਰਕਾਰਾਂ ਨੇ ਮਾਫੀਆਂ ਵੀ ਮੰਗੀਆਂ, ਮੇਰੇ ਕਹਿਣ ਦਾ ਮਤਲਬ ਹੈ ਕੁੱਲ ਮਿਲਾ ਕੇ ਆਪਾਂ ਦੇਖੀਏ ਵੀ ਜ਼ਿਮੀਂਦਾਰਾਂ ਵੀ ਜਿਹੜਾ ਉਹ ਪੰਜਾਬ ਤੋਂ ਗਏ ਹੋਏ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਸਾਂਭਿਆ, ਬਹੁਤ ਤਗੜੀਆਂ ਜ਼ਮੀਨਾਂ, ਹਜ਼ਾਰਾਂ ਏਕੜ ਜ਼ਮੀਨ ਦੇ ਵਿੱਚ ਉਹ ਖੇਤੀਬਾੜੀ ਕਰਦੇ ਆ ਤੇ ਕੈਨੇਡਾ ਦੇ ਲੋਕਾਂ ਨੂੰ ਉਹ ਖਵਾਉਂਦੇ ਨੇ, ਜਿਵੇਂ ਆਪਾਂ ਅੰਨਦਾਤਾ ਕਿਸਾਨ ਕਹਿ ਦਿੰਦੇ ਹਾਂ। ਹੋਰ ਵੱਡੇ ਵੱਡੇ ਬਿਜ਼ਨਸ ਦੇ ਮਾਲਕ ਜਿਹੜੇ ਨੇ ਉਹ ਉੱਥੋਂ ਦੇ ਸਿੱਖ ਅੱਜ ਹੈਗੇ ਆ। ਰਾਜਨੀਤੀ ਦੇ ਵਿੱਚ ਵੀ ਸਿੱਖਾਂ ਨੇ ਬੜੇ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਕੀਤਾ ਤੇ ਅੱਜ ਤਾਂ ਹੀ ਜਗਮੀਤ ਸਿੰਘ ਵਰਗੇ ਜਿਹੜੇ ਨੌਜਵਾਨ ਨੇ ਉਹ ਐਨਡੀਪੀ ਦੇ ਪ੍ਰਧਾਨ ਬਣੇ ਹੋਏ ਆ। ਸੋ ਕਿਤੇ ਨਾ ਕਿਤੇ ਜਿਹਨੂੰ ਕਿਹਾ ਜਾਂਦਾ ਸੀ ਪੰਜਾਬੀਆਂ ਦਾ ਦੂਜਾ ਘਰ, ਯਾਨੀ ਕਿ ਮਿੰਨੀ ਪੰਜਾਬ ਜਾਂ ਸੈਕਿੰਡ ਪੰਜਾਬ ਜਾਂ ਥਰਡ ਪੰਜਾਬ ਕਿਹਾ ਜਾਂਦਾ ਸੀ, ਅੱਜ ਉੱਥੇ ਇੱਕ ਲਹਿਰ ਬਣਾਈ ਜਾ ਰਹੀ ਹੈ। ਇਹਦੇ ਪਿੱਛੇ ਕੀ ਨੇ, ਇਹ ਮੇਜਰ ਗੌਰਵ ਆਰਿਆ ਦੀਆਂ ਵੀਡੀਓਜ਼ ਤੋਂ ਤੁਸੀਂ ਦੇਖੋਗੇ ਨਾ, ਜੇ ਲੇਟੈਸਟ ਵੀਡੀਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹਦੇ ਪਿੱਛੇ ਪਲਾਨ ਕੰਮ ਕਰ ਰਿਹਾ ਮੇਜਰ ਗੌਰਵ ਆਰਿਆ। ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਦੋਂ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵੇਲੇ ਮੌਤ ਤੋਂ ਪਹਿਲਾਂ ਹੀ ਮੇਜਰ ਗੌਰਵ ਆਰਿਆ ਜਿਹੜਾ ਕਹਿ ਰਿਹਾ ਸੀ ਕਿ ਖੰਡਾ ਬੇਟਾ ਤੂੰ ਤੋਂ ਗਿਆ। ਫਿਰ ਉਹਨੇ ਕਿਹਾ ਕਿ ਅਮੈਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਗੈਂਗਸਟਰ ਹਾਇਰ ਕਰੋ ਜੋ ਕਿ ਇਹਨਾਂ ਲੋਕਾਂ ਨੂੰ ਉੱਥੇ ਖਤਮ ਕਰਨ। ਉਹੀ ਸੈਕਿੰਡ ਘਟਨਾ ਫਿਰ ਜੋ ਗੌਰਵ ਆਰਿਆ ਨੇ ਕਹੀ ਉਹ ਹਰਦੀਪ ਸਿੰਘ ਨਿੱਜਰ ਦੇ ਨਾਲ ਵਾਪਰੀ। ਹੁਣ ਜਿਹੜੀ ਇਹ ਤੀਸਰੀ ਉਹਦੀ ਪ੍ਰੈਡਿਕਸ਼ਨ ਕਹਿ ਲਓ ਜਾਂ ਫਿਰ ਉਹ ਜੋ ਕਹਿ ਰਿਹਾ ਤੇ ਉਹਦੇ ਉੱਤੇ ਹੀ ਉਹ ਚੱਲ ਰਹੇ ਨੇ, ਮਤਲਬ ਕਿ ਜਿਹੜੇ ਆਈਟੀ ਸੈੱਲ ਨੇ ਉਹਦੇ ਕਹਿਣ ਮੁਤਾਬਕ ਹੀ ਚੱਲ ਰਹੇ ਆ ਜਾਂ ਏਜੰਸੀ ਨੈਟਵਰਕ, ਇਹ ਹੁਣ ਤੁਸੀਂ ਆਪ ਹਿਸਾਬ ਲਾ ਲੈਣਾ। ਮੇਜਰ ਗੌਰਵ ਆਰਿਆ ਨੇ ਪਿਛਲੇ ਦਿਨ ਇਹ ਗੱਲ ਕਹੀ ਹੈ ਕਿ ਹੁਣ ਕੈਨੇਡਾ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਬਦਲੀ ਜਾਏਗੀ।
ਉਹ ਪ੍ਰਭਾਵ ਹੇਠ ਸਰਕਾਰ ਜਿਹੜੀ ਆ ਬਦਲੀ ਜਾਏਗੀ, ਟਰੂਡੋ ਸਰਕਾਰ ਦੇ ਵਿਰੁੱਧ ਮਾਹੌਲ ਜਿਹੜਾ ਹੈਗਾ ਉਹ ਸਿਰਜਿਆ ਜਾਵੇਗਾ, ਜੋ ਕਿ ਸਿਰਜਿਆ ਜਾ ਰਿਹਾ ਹੈ ਬਹੁਤ ਕੁਛ ਇਸ ਤਰ੍ਹਾਂ ਦਾ ਕਰਕੇ। ਕੈਨੇਡਾ ਦੀ ਜਿਹੜੀ ਟਰੂਡੋ ਸਰਕਾਰ ਹੈ ਉਹਦੇ ਖਿਲਾਫ ਮਾਹੌਲ ਇਸ ਵੇਲੇ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਕਿ ਸਰਕਾਰ ਦੁਬਾਰਾ ਨਾ ਆ ਜਾਏ ਕਿਤੇ। ਤੇ ਜਿਹੜੀ ਦੂਸਰੀ ਗਵਰਨਮੈਂਟ ਦੀਆਂ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਕਿ ਜਿਹੜੀ ਦੂਸਰੀ ਪਾਰਟੀ ਆਏਗੀ ਤੇ ਫਿਰ ਮੇਜਰ ਗੌਰਵਾਰਿਆ ਕਹਿੰਦਾ ਕਿ ਉਹਦੇ MPs ਜਿਹੜੇ ਹੋਣਗੇ ਉਹਨਾਂ ਨੂੰ ਆਪਾਂ ਜਿੱਥੋਂ ਤੱਕ ਵੀ ਹੋਏਗਾ ਭਾਰਤ ਫੰਡ ਕਰੇਗਾ ਤੇ ਫਿਰ ਉਹ ਸਾਡੇ ਹੱਕ ਦੇ ਵਿੱਚ ਜਿਹੜੇ ਖਲੋਣਗੇ। ਤੇ ਉੱਥੇ ਰਹਿਣ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੇ ਵਾਸਤੇ ਵੀ ਕਹਿੰਦਾ, ਜਿੱਦਾਂ ਇੰਗਲੈਂਡ ਨੇ ਇੱਕ ਰਵਾਂਡਾ ਪਾਲਿਸੀ ਬਣਾਈ ਹੈ ਨਾ ਕਿ ਸਾਰੇ ਚੱਕ ਚੱਕ ਕੇ ਰਵਾਂਡਾ ਭੇਜ ਦਿਓ, ਕਹਿੰਦਾ ਫਿਰ ਕੈਨੇਡਾ ਦੇ ਵਿੱਚ ਵੀ ਇਹ ਪਾਲਿਸੀ ਬਣੇਗੀ। ਮਤਲਬ ਕਿਤੇ ਨਾ ਕਿਤੇ ਕੁੱਲ ਮਿਲਾ ਕੇ ਪੋਲੀਟੀਕਲੀ ਇਹ ਇਸ ਵੇਲੇ ਜਿਹੜਾ ਬਣਾਇਆ ਜਾ ਰਿਹਾ ਇੱਕ ਆਪਾਂ ਕਹਿ ਲਈਏ ਵੀ ਹਾਈਡ ਤਾਂ ਕੀ ਕੀਤਾ ਉਹਨੇ, ਸੀਕਰਟ ਤਾਂ ਕੀ ਰੱਖਿਆ ਮੇਜਰ ਗੌਰਵਾਰਿਆਂ ਨੇ ਜਦੋਂ ਦੱਸ ਹੀ ਦਿੱਤਾ, ਤੇ ਫਿਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇੱਕ ਪਾਲਿਸੀ ਚੱਲ ਰਹੀ ਹੈ, ਕਿਉਂਕਿ ਸਿੱਖਾਂ ਦੀ ਸਪੋਰਟ ਦੇ ਵਿੱਚ ਕੈਨੇਡਾ ਹਮੇਸ਼ਾ ਖੜਦਾ ਆਇਆ। ਤੇ ਹੁਣ ਇਹ ਮਾਹੌਲ ਇਸ ਤਰ੍ਹਾਂ ਦਾ ਬਣਾਉਣ ਦੀਆਂ ਤਿਆਰੀਆਂ ਵੀ ਕੈਨੇਡਾ ਜਿਹੜਾ ਉਹ ਸਿੱਖਾਂ ਤੋਂ ਮੂੰਹ ਫੇਰ ਲਵੇ, ਅਗਲੀ ਜਿਹੜੀ ਪਾਰਟੀ ਆਏਗੀ ਕੰਜ਼ਰਵੇਟਿਵ ਪਾਰਟੀ ਜਿਹੜੀ ਆਏਗੀ ਉਹ ਕਿਤੇ ਨਾ ਕਿਤੇ ਸਿੱਖਾਂ ਦੇ ਖਿਲਾਫ ਵੀ ਪਾਲਿਸੀਆਂ ਬਣਾਉਣ ਲੱਗ ਪਵੇ। ਸੋ ਤੁਸੀਂ ਦੇਖਿਆ ਹੋਣਾ ਕਿ ਜਸਟਿਨ ਟਰੂਡੋ ਦਾ ਜਦੋਂ ਦਾ ਵਿਰੋਧ ਹੋਣ ਲੱਗ ਗਿਆ ਤੇ ਇਮੀਗ੍ਰੇਸ਼ਨ ਦੇ ਖਿਲਾਫ ਸਖ਼ਤ ਜਿਹੜੀਆਂ ਨੇ ਪਾਲਿਸੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਸਰਕਾਰ ਨੇ। ਇਹਨਾਂ ਨੂੰ ਵੀ ਲੱਗਦਾ ਕਿ ਅਸੀਂ ਸ਼ਾਇਦ ਹੁਣ ਦੁਬਾਰਾ ਨਹੀਂ ਆਵਾਂਗੇ ਤੇ ਆਖਰੀ ਜਿਹੜਾ ਕਹਿ ਲਈਏ ਵੀ ਆਪਣੇ ਵੱਲੋਂ ਇਹ ਹੱਥ ਪੈਰ ਮਾਰ ਰਹੇ ਨੇ। ਤੇ ਇਹਨਾਂ ਨੇ ਕੀ ਕੀਤਾ ਕਿ ਸਟੂਡੈਂਟ ਵੀਜ਼ਿਆਂ ਦੇ ਉੱਤੇ ਵੀ ਪਾਬੰਦੀਆਂ ਲਾ ਦਿੱਤੀਆਂ, ਸਖ਼ਤ ਕਰ ਦਿੱਤਾ। ਉਸ ਤੋਂ ਬਾਅਦ ਕਿਹਾ ਕਿ ਸਾਡੀ PR ਦੀ ਕੋਈ ਜ਼ਿੰਮੇਵਾਰੀ ਨਹੀਂ, ਤੁਸੀਂ ਪੜ੍ਹੋ ਤੇ ਵਾਪਸ ਜਾਓ, ਅਸੀਂ ਕਦੇ ਤੁਹਾਡੇ ਨਾਲ ਇਹ ਵਾਅਦਾ ਨਹੀਂ ਕੀਤਾ ਕਿ ਤੁਹਾਨੂੰ PR ਦੇਵਾਂਗੇ। ਹੁਣ ਲੋਅ ਵੇਜ ਵਰਕਰਾਂ ਦੇ ਉੱਤੇ ਜਿਹੜੀ ਹੈ ਕਹਿੰਦੇ ਕਿ ਅਸੀਂ ਸਖ਼ਤਾਈ ਕਰਨ ਜਾ ਰਹੇ ਹਾਂ। ਸੋ ਹੁਣ ਜਸਟਿਨ ਟਰੂਡੋ ਸਰਕਾਰ ਕਿਤੇ ਨਾ ਕਿਤੇ ਬਚਾਉਣਾ ਚਾਹੁੰਦੀ ਆਪਣਾ ਆਪ ਕਿ ਆਪਾਂ ਦੁਬਾਰਾ ਆ ਜਾਈਏ, ਪਰ ਚਲੋ ਉਹ ਤਾਂ ਹੁਣ ਜੋ ਮਾਹੌਲ ਹੈਗਾ ਉਹ ਦੇਖ ਕੇ ਲੱਗਦਾ ਵੀ ਦੋ ਵਾਰ ਜਸਟਿਨ ਟਰੂਡੋ ਹੋਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਤੇ ਤੀਸਰੀ ਵਾਰ ਉਹ ਨਹੀਂ ਬਣਨਗੇ ਜਿਹੋ ਜਿਹੇ ਹਾਲਾਤ ਹੈਗੇ ਆ। ਸੋ ਨਵੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਆਉਂਦੀਆਂ ਰਹਿੰਦੀਆਂ, ਪਰ ਇਹ ਇੱਕ ਲੋਕਾਂ ਦੇ ਵਿੱਚ ਜਿਹੜੀ ਲੋਕਲ ਕਮਿਊਨਿਟੀ ਹੁੰਦੀ ਹੈ ਨਾ ਉਹਨਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਪੈਦਾ ਕਰ ਦੇਣੀ ਕਿ ਸ਼ਾਇਦ ਜਿਹੜੇ ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂ ਜਿਹੜੇ ਸਿੱਖ ਕਮਿਊਨਿਟੀ ਇੱਥੇ ਆਈ ਹੈ ਉਹਨਾਂ ਕਰਕੇ ਹੀ ਸਾਡਾ ਬੁਰਾ ਹਾਲ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਕਹਿ ਲਈਏ ਕਿ ਲੋਕਾਂ ਦੇ ਅੰਦਰ ਭਾਵਨਾਵਾਂ ਜਿਹੜੀਆਂ ਨੇ ਉਹ ਫਿੱਟ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਇਸ ਤਰੀਕੇ ਦਾ ਬਣਾਇਆ ਜਾ ਰਿਹਾ, ਕਿਉਂਕਿ ਮੈਂ ਸੋਸ਼ਲ ਮੀਡੀਆ ਦੀ ਮੈਂ ਅਕਸਰ ਗੱਲ ਕੀਤੀ, ਪਿਛਲੀ ਵੀਡੀਓ 'ਚ ਵੀ ਆਪਾਂ ਗੱਲ ਕੀਤੀ ਸੀ ਕਿ ਕਿਸ ਚੀਜ਼ ਨੂੰ ਉਭਾਰਨਾ ਹੈ, ਉਹਨੂੰ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਟ੍ਰੈਂਡਿੰਗ ਦੇ ਵਿੱਚ ਲਿਆਉਣਾ, ਕਿਵੇਂ ਕੀ ਕਰਨਾ, ਉਹ ਤੁਹਾਨੂੰ ਵੱਧ ਤੋਂ ਵੱਧ ਵੀਡੀਓ ਉਸੇ ਤਰੀਕੇ ਦੀਆਂ ਦਿਖਾਉਣੀਆਂ, ਤੇ ਫਿਰ ਕੀ ਹੈ ਕਿ ਤੁਹਾਡੀ ਸੋਚ ਵੀ ਉਸ ਤਰ੍ਹਾਂ ਦੀ ਬਣ ਜਾਂਦੀ ਹੈ। ਜਦੋਂ ਤੁਸੀਂ 20 ਵੀਡੀਓ ਦੇਖ ਲਈਆਂ ਟਿਕਟੋਕ ਦੇ ਉੱਤੇ ਵੀਡੀਓ ਤੇ ਉਹਦੇ ਵਿੱਚੋਂ ਤੁਸੀਂ 10-15 ਵੀਡੀਓ ਜਿਹੜੀਆਂ ਇੱਕੋ ਟੌਪਿਕ ਦੇ ਉੱਤੇ ਦੇਖ ਲਈਆਂ, ਲਓ ਜੀ ਇਮੀਗ੍ਰੇਸ਼ਨ ਬਹੁਤ ਹੋ ਗਈ, ਸਿੱਖ ਬੜੇ ਆ ਗਏ, ਇਹ ਤਾਂ ਜੀ ਇੱਦਾਂ ਕਰਦੇ ਆ, ਉਹ ਕਰਦੇ ਆ, ਸੋ ਉਸ ਨੂੰ ਲੈ ਕੇ ਫਿਰ ਤੁਹਾਡਾ ਮਾਇੰਡ ਸੈੱਟ ਵੀ ਉਹ ਹੀ ਹੋ ਜਾਂਦਾ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਵੇਲੇ ਚੱਲ ਰਹੀਆਂ, ਬਿਲਕੁਲ ਬਣ ਰਿਹਾ ਖਿਲਾਫ ਮਾਹੌਲ ਬਣ ਰਿਹਾ। ਤੇ ਇਹਦੇ ਹੁਣ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਕੁਝ ਸੁਜੈਸ਼ਨ ਕਹਿ ਲਓ ਜਾਂ ਫਿਰ ਆਪਾਂ ਕਹਿ ਲਈਏ ਇੱਕ ਜਿਹੜੇ ਲੋਕਲ ਉੱਥੇ ਰਹਿਣ ਵਾਲੇ ਜਿਹੜੇ ਸਿੱਖ ਕਮਿਊਨਿਟੀ ਪੰਜਾਬ ਤੋਂ ਗਏ ਹੋਏ ਲੋਕ ਹੈ ਉਹਨਾਂ ਨੂੰ ਕਿਵੇਂ ਕਰਨਾ ਚਾਹੀਦਾ, ਕੀ ਉਹਨਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ, ਕਿਉਂਕਿ ਫਿਊਚਰ ਤਾਂ ਉਹਨਾਂ ਨੇ ਵੀ ਕੈਨੇਡਾ ਦੇ ਲੇਖੇ ਲਾਇਆ ਹੋਇਆ, ਉਹਨਾਂ ਨੇ ਤਾਂ ਜਾਣਾ ਕਿਤੇ ਨਹੀਂ। ਸੋ ਇਸ ਤਰ੍ਹਾਂ ਦਾ ਕੋਈ ਅੱਗੋਂ ਹੋਰ ਜ਼ਿਆਦਾ ਇਹ ਭਾਂਬੜ ਨਾ ਬਣ ਜਾਵੇ, ਇਸ ਕਰਕੇ ਇਸ ਨੂੰ ਬੜੇ ਸੁਹਿਰਦਤਾ ਦੇ ਨਾਲ ਲੈਣਾ ਚਾਹੀਦਾ। ਆਪਣੇ ਆਪ ਨੂੰ ਇੱਕ ਵਧੀਆ ਵੈਲ ਐਜੂਕੇਟਡ ਪਰਸਨ ਜੇ ਤੁਸੀਂ ਹੈਗੇ ਹੋ, ਜੇ ਨਹੀਂ ਵੀ ਤੁਸੀਂ ਮੈਨੂੰ, ਮੈਂ ਤਾਂ ਇਹ ਵੀ ਕਹਿਣਾ ਹੁੰਦਾ ਵੀ ਜੇ ਤੁਸੀਂ ਨਹੀਂ ਵੀ ਬਹੁਤੀ ਸਿੱਖਿਆ ਪੜ੍ਹੀ ਪੜ੍ਹ ਲਿਖ ਕੇ ਗਏ, ਤਾਂ ਫਿਰ ਵੀ ਜਿਹੜੇ ਬਾਹਰ ਦੇ ਮਾਹੌਲ 'ਚ ਲੋਕੀ ਜਿਹੜੇ ਅਨਪੜ੍ਹ ਵੀ ਆਏ ਆ ਉਹ ਵੀ ਬੜੇ ਵਧੀਆ ਤਰੀਕੇ ਨਾਲ ਸਲੀਕੇ ਨਾਲ ਰਹਿਣ ਲੱਗ ਪਏ ਆ। ਸੋ ਆਪਣਾ ਇੱਕ ਸਲੀਕੇ ਨਾਲ ਰਹਿਣ ਦੀ ਜ਼ਿੰਦਗੀ ਦਾ ਪ੍ਰਦਰਸ਼ਨ ਉੱਥੇ ਕਰੋ, ਚੀਕਾਂ ਮਾਰਨੀਆਂ, ਸ਼ਰਾਬਾਂ ਪੀਣੀਆਂ, ਗੱਡੀਆਂ ਦੇ ਹੌਰਨ ਵਜਾਉਣੇ, ਆਹ ਚੀਜ਼ਾਂ ਜਿਹੜੀਆਂ ਨੇ ਬੰਦ ਕਰੋ। ਸਾਫ਼ ਸਫਾਈ ਰੱਖੋ ਆਪਣੇ ਆਲੇ ਦੁਆਲੇ, ਆਪਣੇ ਘਰਾਂ ਦੇ ਆਲੇ ਦੁਆਲੇ ਸਾਫ਼ ਸਫਾਈ ਰੱਖੋ, ਤੇ ਜਿਹੜੇ ਉੱਥੋਂ ਦੀ ਲੋਕਲ ਕਮਿਊਨਿਟੀ ਹੈ ਉਹਨਾਂ ਦੇ ਨਾਲ ਆਪਣੀ ਬੋਲ ਬਾਣੀ ਵਧੀਆ ਰੱਖੋ, ਉਹਨਾਂ ਨੂੰ ਹੈਲੋ ਹਾਏ ਜਿਹੜਾ ਇੱਕ ਆਪਣਾ ਰੂਟੀਨ ਦੇ ਵਿੱਚ, ਇਹ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਹੁੰਦੀਆਂ। ਕਈ ਵਾਰੀ ਕੀ ਹੁੰਦਾ, ਤੁਸੀਂ ਦੇਖੋ
ਕੋਈ ਤੁਹਾਡੇ ਕੋਲੋਂ ਕੋਈ ਗੋਰਾ ਲੱਗ ਰਿਹਾ ਹੈ ਨਾ? ਮੈਂ ਰੋਕ ਰਿਹਾ ਤੁਹਾਨੂੰ, ਹਾਂ ਜਿਹੜੀ ਮੈਂ ਤੁਹਾਨੂੰ ਰੋਕ ਰਿਹਾ, ਮੈਂ ਤੁਹਾਨੂੰ ਇੱਕ ਸਮਝਾਉਂਦਾ ਕਿ ਜੋ ਵੀਡੀਓ ਵੈਲ ਹੋਈਆਂ ਨੇ, ਜੋ ਕੰਧਾਂ ਉੱਤੇ ਲਿਖਿਆ ਗਿਆ ਹੈ ਕਿ ਇਹ ਸਿਰਫ ਉਹ ਸਿਰਫ ਇੱਕ ਕਹਿ ਲਓ ਕਿ ਆਪਾਂ ਦੇਖਿਆ ਜਾਵੇ ਕਿ ਸੋਸ਼ਲ ਮੀਡੀਆ ਉੱਤੇ ਜਾਂ ਫਿਰ ਵੈਸੇ ਕਹਿ ਲਓ ਕਿ ਵਿਰੋਧੀ ਹੈ, ਜਾਂ ਇਸਦੇ ਕੋਈ ਕਹਿ ਲਓ ਕਿ ਨਤੀਜਾ ਕੋਈ ਗਲਤ ਨਤੀਜਾ ਵੀ ਕੋਈ ਸਾਹਮਣੇ ਆ ਸਕਦਾ ਇਸਦਾ ਕੋਈ? ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਲਹਿਰਾਂ ਬਣਾਈਆਂ ਜਾਂਦੀਆਂ, ਫਿਰ ਉਹ ਪ੍ਰੈਕਟੀਕਲ ਰੂਪ ਧਾਰਨ ਕਰ ਜਾਂਦੀਆਂ, ਫਿਰ ਉਹ ਗਰਾਊਂਡ ਦੇ ਉੱਤੇ ਆ ਜਾਂਦੀਆਂ, ਫਿਰ ਲੋਕਾਂ ਦੇ ਲਈ ਰਹਿਣਾ ਮੁਹਾਲ ਹੋ ਜਾਂਦਾ। ਸੋ ਦੋਨੋਂ ਕਮਿਊਨਿਟੀਆਂ ਜੇ ਫਿਰ ਆਹਮੋ ਸਾਹਮਣੇ ਹੋ ਜਾਂਦੀਆਂ ਇਸ ਤਰੀਕੇ ਨਾਲ ਹੀ। ਕਿਤੇ ਤੁਸੀਂ ਯਾਦ ਹੋਣਾ ਤੁਹਾਨੂੰ ਕਿ ਆਸਟ੍ਰੇਲੀਆ ਦੇ ਵਿੱਚ ਵੀ ਹੋਇਆ, ਜਦੋਂ ਇੰਡੀਅਨ ਸਟੂਡੈਂਟਸ ਦੇ ਖਿਲਾਫ ਉੱਥੇ ਮਤਲਬ ਕਿ ਵੱਡੀ ਕੁੱਟਮਾਰ ਹੋਣ ਲੱਗ ਪਈ, ਕਈ ਮੁੰਡੇ ਸਾਡੇ ਮਾਰ ਵੀ ਦਿੱਤੇ ਗਏ, ਬੜਾ ਕੁਛ ਹੋਇਆ। ਸੋ ਮੈਂ ਚਾਹੁੰਦਾ ਕਿ ਉੱਥੇ ਤੱਕ ਗੱਲ ਨਾ ਪਹੁੰਚੇ। ਸੋ ਟਿਕਟੋਕ ਦੇ ਉੱਤੇ ਵੀ ਇਸ ਤਰੀਕੇ ਦਾ ਇੱਕ ਮੁਸਲਮਾਨ ਤੇ ਸਿੱਖ ਵਿਰੋਧੀ ਆਪਸ ਦੇ ਵਿੱਚ ਇਹਨਾਂ ਨੂੰ ਲੜਾਉਣ ਦੀਆਂ ਬੜੀਆਂ ਵੱਡੀਆਂ ਸਾਜ਼ਿਸ਼ਾਂ ਹੋ ਰਹੀਆਂ, ਜਿਹਦਾ ਨਤੀਜਾ ਆਸਟ੍ਰੇਲੀਆ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ। ਸੋ ਇਹ ਪ੍ਰੈਕਟੀਕਲ ਰੂਪ ਲੈਣ ਲੱਗ ਪਈ ਹੈ ਇਹ ਘਟਨਾ ਜਿਹੜੀ ਹੈ। ਸੋ ਇਸ ਤਰ੍ਹਾਂ ਦਾ ਕਿਤੇ ਮਾਹੌਲ ਕੈਨੇਡਾ 'ਚ ਨਾ ਬਣੇ, ਅਤੇ ਕੈਨੇਡਾ ਜਿਹੜਾ ਹੈਗਾ ਉਹ ਵਧੀਆ ਤਰੀਕੇ ਦੇ ਨਾਲ ਸਿੱਖਾਂ ਨੂੰ ਵੈਲਕਮ ਕਰਦਾ ਰਹੇ, ਅਤੇ ਜਿਹੜੀ ਉੱਥੋਂ ਦੀ ਲੋਕਲ ਕਮਿਊਨਿਟੀ ਹੈਗੀ ਆ ਉਹ ਪੰਜਾਬੀਆਂ ਨੂੰ ਆਪਣਾ ਮੰਨਣਾ ਸ਼ੁਰੂ ਕਰੇ, ਕਿਉਂਕਿ ਬੜਾ ਯੋਗਦਾਨ ਹੈ। ਜਿਵੇਂ ਮੈਂ ਕਿਹਾ ਕਿ 150 ਸਾਲ ਘੱਟੋ ਘੱਟ ਹੋ ਗਿਆ ਸਾਡੇ ਲੋਕਾਂ ਨੂੰ ਉੱਥੇ ਜਾ ਕੇ ਮਿਹਨਤਾਂ ਕੀਤੀਆਂ, ਸਖ਼ਤ ਮਿਹਨਤਾਂ ਕਿਹਦੇ ਵਾਸਤੇ ਕੀਤੀਆਂ? ਲੋਕਲ ਕਮਿਊਨਿਟੀ ਕਰਕੇ ਕੁਛ ਆਪਣੇ ਪਰਿਵਾਰ ਪਾਲੇ। ਸੋ ਉਹ ਤੇ ਹੁਣ ਉਹਨਾਂ ਦੇ ਵਿੱਚ ਰਚ ਮਿਚ ਜਾਣੇ ਚਾਹੀਦੇ ਸੀ। ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਤੀਜੀ ਵੱਡੀ ਭਾਸ਼ਾ ਜਿਹੜੀ ਆ ਉਹ ਪੰਜਾਬੀ ਹੈ, ਤੇ ਬੜੇ ਬੜੇ ਵੱਡੇ ਮਤਲਬ ਕਿ ਉੱਥੇ ਕਾਰਨਾਮੇ ਸਾਡੇ ਲੋਕਾਂ ਨੇ ਕੀਤੇ ਆ, ਮਤਲਬ ਬਹੁਤ ਕੁਛ ਹੈ। ਲੰਗਰਾਂ ਦੀ ਸੇਵਾ ਹੋ ਗਈ, ਕੈਨੇਡੀਅਨ ਜਦੋਂ ਕਿਤੇ ਫਸ ਜਾਂਦੇ ਨੇ, ਕੋਈ ਕੁਦਰਤੀ ਆਫਤਾਂ ਆ ਜਾਂਦੀਆਂ ਸਾਡੇ ਲੋਕਾਂ ਵੱਲੋਂ, ਕਿੱਦਾਂ ਉਹਨਾਂ ਦਾ ਹੈਲਪ ਕੀਤੀ ਜਾਂਦੀ ਹੈ। ਕੋਵਿਡ ਦੀ ਜਦੋਂ ਗੱਲ ਕਰਦੇ ਹਾਂ, ਕੋਵਿਡ 'ਚ ਸਿੱਖਾਂ ਨੇ ਕਿੰਨੀ ਹੈਲਪ ਕੀਤੀ ਹੈ ਲੋਕਲ ਕਮਿਊਨਿਟੀਆਂ ਦੀ, ਜਿਹੜੇ ਜਿਹੜੇ ਦੇਸ਼ ਦੇ ਵਿੱਚ ਵੀ ਰਹੇ ਆ। ਸੋ ਇਹ ਗੱਲ ਹੈ, ਇਹ ਕੰਧਾਂ 'ਤੇ ਲਿਖੇ ਗਏ ਨਾਅਰੇ, ਜਿਹੜਾ ਤੁਹਾਡਾ ਸਵਾਲ ਸੀਗਾ, ਇਹ ਕਿਤੇ ਨਾ ਕਿਤੇ ਹੇਠ ਤਾਂ ਸ਼ੁਰੂ ਹੋ ਚੁੱਕੀ ਆ, ਪਰ ਇਹਨੂੰ ਘਟਾਉਣਾ ਕਿਵੇਂ ਹੈ ਅਤੇ ਜਾਂ ਇਹਨੂੰ ਖਤਮ ਕਿਵੇਂ ਕਰਨਾ, ਇਹ ਹੁਣ ਸਾਡੇ ਹੱਥ ਵੱਸ ਆ। ਅਸੀਂ ਉਹਨਾਂ ਦੇ ਮੁਲਕ 'ਚ ਗਏ ਹੋਏ ਹਾਂ, ਸੋ ਸਾਨੂੰ ਉਹਨਾਂ ਦੇ ਨਾਲ ਇੱਕ ਬੜਾ ਵਧੀਆ ਨਾਤਾ ਰੱਖਣਾ ਪਊਗਾ, ਉਹਨਾਂ ਲੋਕਾਂ ਦੇ ਨਾਲ ਪਿਆਰ ਮੁਹੱਬਤ ਵਧਾਉਣਾ ਪਊਗਾ। ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਕਿ ਆਪਣੀ ਰੁਟੀਨ ਦੇ ਵਿੱਚ ਇਹ ਚੀਜ਼ਾਂ ਲਿਆਉਣੀਆਂ ਪੈਣੀਆਂ, ਕਿ ਕਿਵੇਂ ਤੁਸੀਂ ਉਹਨਾਂ ਦੇ ਨਾਲ ਬੋਲ ਬਾਣੀ ਰੱਖਦੇ ਹੋ, ਕਿਵੇਂ ਹੈਲੋ ਹਾਏ ਤੋਂ ਗੱਲ ਸ਼ੁਰੂ ਹੁੰਦੀ ਹੈ, ਸੋਰੀ ਥੈਂਕ ਯੂ 'ਤੇ ਜਾਂਦੀ ਹੈ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਮੈਟਰ ਕਰਦੀਆਂ, ਅਗਲਿਆਂ ਨੂੰ ਆਪਣਾਪਣ ਮਹਿਸੂਸ ਕਰਵਾਉਂਦੀਆਂ। ਇਹ ਨਹੀਂ ਕਿ ਤੁਸੀਂ ਕੋਈ ਕੋਈ ਆਪਣਾ ਉਹਨਾਂ ਦਾ ਕੋਈ ਬੰਦਾ ਜਾਂ ਕੋਈ ਜਨਾਨੀ ਕੋਈ ਲੰਘ ਰਹੀ ਹੈ ਕੋਲੋਂ, ਅਤੇ ਤੁਸੀਂ ਆਪਣੀ ਗੱਡੀਆਂ ਦੇ ਹੌਰਨ ਮਾਰਨੇ ਸ਼ੁਰੂ ਕਰ ਦਿਓ। ਸੋ ਇਹ ਤਾਂ ਸਿੱਧੀ ਸਾਦੀ ਹੇਟ ਹੈ ਨਾ, ਨਫ਼ਰਤ ਹੈ ਉਹਨਾਂ ਦੇ ਮਨਾਂ ਦੇ ਵਿੱਚ ਬਣਾ ਰਹੇ ਹੋ। ਜਦੋਂ ਤੁਹਾਡੀਆਂ ਪੱਗਾਂ ਬੰਨੀਆਂ ਸਿਰ 'ਤੇ ਵੇਖਣਗੇ ਅਤੇ ਉਹ ਕਹਿਣਗੇ ਲਿਓ ਸਾਡੇ ਵੱਲ ਦੇਖ ਕੇ ਹੌਰਨ ਮਾਰਦੇ ਆ, ਸੋ ਉਹਨਾਂ ਦੇ ਮਨ ਦੇ ਵਿੱਚ ਉਹ ਇਮੇਜ ਬਣਨੀ ਹੈ। ਸੋ ਤੁਹਾਡੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਐਕਟੀਵਿਟੀਜ਼ ਨੇ ਨਾ, ਛੋਟੀਆਂ ਛੋਟੀਆਂ, ਉਹੋ ਹੀ ਕਈ ਵਾਰੀ ਤੁਹਾਡਾ ਜਿਹੜਾ ਕਿਰਦਾਰ ਹੈ ਉੱਚਾ ਚੁੱਕਣ ਦੇ ਵਿੱਚ ਕਾਮਯਾਬ ਹੁੰਦੀਆਂ, ਜੋ ਪਹਿਲੇ ਵਾਲੇ ਉੱਥੇ ਗਿਆ ਨੇ ਕੀਤਾ। ਸੋ ਨਵਿਆਂ ਨੂੰ ਵੀ ਇਹ ਚੀਜ਼ਾਂ ਅਡੋਪਟ ਕਰ ਲੈਣੀਆਂ ਚਾਹੀਦੀਆਂ। ਸਾਫ਼ ਸਫਾਈ, ਇੱਕ ਦੂਸਰੇ ਦੀ ਹੈਲਪ ਕਰਨੀ ਉੱਥੇ, ਭਾਵੇਂ ਕੋਈ ਵੀ ਹੋਵੇ, ਬਜ਼ੁਰਗ ਦੀ ਹੈਲਪ ਕਰਨੀ, ਕਿਸੇ ਬੱਚਿਆਂ ਦੀ ਹੈਲਪ ਕਰਨੀ, ਮਤਲਬ ਸਾਰੀਆਂ ਚੀਜ਼ਾਂ ਆ ਜਾਂਦੀਆਂ। ਕਿਤੇ ਨਾ ਕਿਤੇ ਆਪਣਾ ਕਰੈਕਟਰ ਉੱਚਾ ਚੁੱਕੋ ਤਾਂ ਕਿ ਉਹ ਲੋਕ ਸਮਝਣ ਵੀ ਨਹੀਂ, ਸਾਡਾ ਜੋ ਇੱਕ ਸਾਨੂੰ ਦਿਖਾਇਆ ਜਾ ਰਿਹਾ ਸੀ ਉਹ ਚੀਜ਼ ਨਹੀਂ ਹੈਗੀ। ਇਹ ਲੋਕ ਵਾਕਈ ਬੜੇ ਸਾਫ਼ ਸੁਥਰੇ ਰਹਿਣ ਰੰਗ ਵਾਲੇ ਲੋਕ ਨੇ। ਇਹਨਾਂ ਨੂੰ ਨੈਤਿਕ ਜਿਹੜੀਆਂ ਕਦਰਾਂ ਕੀਮਤਾਂ ਦਾ ਪਤਾ ਹੈ, ਕੈਨੇਡਾ ਦੇ ਵਿੱਚ ਕਿਵੇਂ ਰਹਿਣਾ, ਕਿਵੇਂ ਖਾਣਾ ਪੀਣਾ ਜਾਂ ਕਿਵੇਂ ਜੋਬਾਂ ਕਰਨੀਆਂ, ਇਹ ਸਾਰਾ ਇਹ ਜਾਣਦੇ ਨੇ। ਸੋ ਫਿਰ ਤੁਹਾਨੂੰ ਉਹ ਗਲੇ ਲਾਉਣਗੇ। ਜੀ ਦਲਜੀਤ ਸਿੰਘ ਜੀ, ਕਹਿ ਲਓ ਕਿ ਜਦੋਂ ਵੀ ਕੋਈ ਏਦਾਂ ਦੀ ਕਹਿ ਲਓ ਕਿ ਟੋਰਮ ਸਾਹਮਣੇ ਆਉਂਦੀ ਹੈ, ਤੁਸੀਂ ਕਹਿ ਲਓ ਕਿ ਬੇਵਾਕ ਹੋ ਕੇ ਸਾਰਾ ਕੁਛ ਬਿਲਕੁਲ ਕਲੀਅਰ ਕਰ ਦਿੰਦੇ ਹੋ, ਤੇ ਤੁਹਾਡਾ ਧੰਨਵਾਦ ਹੈ। ਤੁਹਾਡੇ ਇਹ ਵਿਚਾਰ ਤਾਂ ਦਰਸ਼ਕਾਂ ਨੂੰ ਕਾਫੀ ਪਸੰਦ ਆਉਂਦੇ ਨੇ, ਤੇ ਉਹਨਾਂ ਦੇ ਲਈ ਕਾਫੀ ਇਹ ਸਹਾਇਕ ਹੋ ਸਕਦੇ ਜੋ ਤੁਸੀਂ ਵਿਚਾਰ ਦਿੰਦੇ ਹੋ, ਤੇ ਤੁਹਾਡਾ ਧੰਨਵਾਦ। ਧੰਨਵਾਦ ਜੀ, ਧੰਨਵਾਦ ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ।